ਸਤਿ ਸ਼੍ਰੀ ਅਕਾਲ ਦੋਸਤੋ, ਸਵਾਗਤ ਹੈ ਜੀ ਤੁਹਾਡਾ ਸਾਰਿਆਂ ਦਾ ਮੀਤ ਅਕੈਡਮੀ ਦੇ ਅਫੀਸ਼ੀਅਲ ਯੂਟਿਊਬ ਚੈਨਲ 'ਤੇ। ਅੱਜ ਤੁਹਾਡੇ ਲਈ ਬਹੁਤ ਵਧੀਆ ਰਿਕਰੂਟਮੈਂਟ ਅਪਡੇਟ ਲੈ ਕੇ ਆਇਆ ਹਾਂ, ਜੋ ਕਿ ਪੰਜਾਬ ਰੇਲਵੇ ਦੀ ਨਵੀਂ ਭਰਤੀ ਦਾ ਲੈ ਕੇ ਨੋਟੀਫਿਕੇਸ਼ਨ ਜਿਹੜਾ ਜੀ ਜਾਰੀ ਕੀਤਾ ਗਿਆ। ਕਿੱਦਾਂ ਤੁਸੀਂ ਇਹਦੇ ਲਈ ਅਪਲਾਈ ਕਰੋਗੇ, ਕੌਣ ਕੌਣ ਅਪਲਾਈ ਕਰ ਸਕਦਾ, ਪੂਰੀ ਜਾਣਕਾਰੀ ਮੈਂ ਤੁਹਾਨੂੰ ਇਸ ਵੀਡੀਓ 'ਚ ਦੇਵਾਂਗਾ। ਸੋ ਵੀਡੀਓ ਨੂੰ ਐਂਡ ਤੱਕ ਪੂਰਾ ਜ਼ਰੂਰ ਦੇਖਿਓ। ਫਸਟ ਟਾਈਮ ਤੁਸੀਂ ਸਾਡੇ ਚੈਨਲ 'ਤੇ ਆ ਰਹੇ ਹੋ, ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਅਤੇ ਨਾਲ ਦੀ ਨਾਲ ਬੈਲ ਆਈਕਨ ਵੀ ਦਬਾ ਲਿਓ, ਤਾਂ ਕਿ ਹਰ ਇੱਕ ਰਿਕਰੂਟਮੈਂਟ ਅਪਡੇਟ ਤੁਹਾਨੂੰ ਤੁਹਾਡੇ ਮੋਬਾਈਲ ਦੇ ਵਿੱਚ ਮਿਲਦਾ ਰਹੇ ਅਤੇ ਸਮਾਂ ਰਹਿੰਦੇ ਤੁਸੀਂ ਇਹਦੇ ਲਈ ਅਪਲਾਈ ਕਰ ਪਾਓ। ਵੈਕੈਂਸੀਜ਼ ਦੀ ਗੱਲ ਕਰੀਏ, ਹੋਰ ਬਹੁਤ ਸਾਰੀਆਂ ਵੈਕੈਂਸੀਜ਼ ਨੇ ਜਿਨ੍ਹਾਂ ਨੂੰ ਤੁਸੀਂ ਸਾਡੀ ਵੈਬਸਾਈਟ 'ਤੇ ਜਾ ਕੇ ਚੈੱਕ ਕਰਕੇ ਅਪਲਾਈ ਕਰ ਸਕਦੇ ਹੋ। ਜਿਹਦੇ ਲਈ ਸਿੰਪਲੀ ਤੁਸੀਂ ਗੂਗਲ 'ਚ ਜਾਣਾ ਔਰ ਉੱਥੇ ਜਾ ਕੇ ਟਾਈਪ ਕਰਨਾ ਹੈ ਜੀ www.glory.com, ਅਤੇ ਫਸਟ ਨੰਬਰ 'ਤੇ ਤੁਹਾਨੂੰ ਸਾਡੀ ਵੈਬਸਾਈਟ ਜਿਹੜੀ ਹੈ ਜੀ ਮਿਲ ਜਾਵੇਗੀ। ਉੱਥੋਂ ਸਾਰੇ ਜੋਬ ਰਿਲੇਟਡ ਅਪਡੇਟ ਜਿਹੜੇ ਤੁਸੀਂ ਲੈ ਸਕਦੇ ਹੋ ਅਤੇ ਚੈੱਕ ਕਰਕੇ ਅਪਲਾਈ ਜਿਹੜਾ ਹੈ ਤੁਸੀਂ ਕਰ ਸਕਦੇ ਹੋ ਜੀ। ਕਿੱਦਾਂ ਅਪਲਾਈ ਕਰਨਾ, ਕੌਣ ਕੌਣ ਅਪਲਾਈ ਕਰ ਸਕਦਾ, ਉਹ ਪੂਰੀ ਜਾਣਕਾਰੀ ਤੁਹਾਨੂੰ ਅੱਗੇ ਵੀਡੀਓ 'ਚ ਮਿਲੇਗਾ। ਅਤੇ ਨਾਲ ਦੀ ਨਾਲ ਸਾਡੀ ਜਿੰਨੀਆਂ ਵੀ ਵੈਬਸਾਈਟ ਜਿੰਨੀਆਂ ਵੀ ਨੋਟੀਫਿਕੇਸ਼ਨ ਆਊਟ ਹੁੰਦੇ ਨੇ, ਉਹ ਸਾਰੇ ਨੋਟੀਫਿਕੇਸ਼ਨ ਤੁਹਾਨੂੰ ਸਾਡੀ ਵੈਬਸਾਈਟ 'ਤੇ ਜਿਹੜੇ ਨੇ ਮਿਲ ਜਾਣਗੇ, ਜਿਹਦਾ ਲਿੰਕ ਮੈਂ ਡਿਸਕ੍ਰਿਪਸ਼ਨ 'ਚ ਦਿੱਤਾ ਹੈ। ਜ਼ਰੂਰ ਚੈੱਕ ਕਰਕੇ ਅਪਲਾਈ ਕਰ ਲਿਓ। ਫਿਰ ਵੀ ਕਿਸੇ ਤਰ੍ਹਾਂ ਦਾ ਕੋਈ ਵੀ ਡਾਊਟ ਹੁੰਦਾ ਤਾਂ ਕਮੈਂਟ ਬਾਕਸ 'ਚ ਕਮੈਂਟ ਕਰਕੇ ਤੁਸੀਂ ਮੈਨੂੰ ਦੱਸ ਹੀ ਸਕਦੇ ਹੋ। ਮੈਂ ਤੁਹਾਡੇ ਲਈ ਹਰ ਵਾਰ ਦੀ ਤਰ੍ਹਾਂ ਲੇਟੈਸਟ ਰਿਕਰੂਟਮੈਂਟ ਅਪਡੇਟ ਜਿਹੜੇ ਨੇ ਲੈ ਕੇ ਆਉਂਦਾ ਰਹਾਂਗਾ। ਸੋ ਇਹ ਅੱਜ ਦਾ ਨੋਟੀਫਿਕੇਸ਼ਨ ਗੱਲ ਕਰਦੇ ਹਾਂ, ਉਹਦੇ ਬਾਰੇ ਚੱਲਦੀ ਨੋਟੀਫਿਕੇਸ਼ਨ ਦੇ ਉੱਤੇ। ਸਭ ਤੋਂ ਪਹਿਲਾਂ ਗੱਲ ਕਰੀਏ ਤਾਂ ਇਹ ਨੋਟੀਫਿਕੇਸ਼ਨ ਰੇਲਵੇ ਦੇ ਵੱਲੋਂ ਜਾਰੀ ਕੀਤਾ ਗਿਆ, ਜਿਸ ਦੇ ਵਿੱਚ ਮੇਲ ਫੀਮੇਲ ਦੋਨੋਂ ਹੀ ਕੈਂਡੀਡੇਟ ਐਲੀਜੀਬਲ ਨੇ, ਅਪਲਾਈ ਕਰ ਸਕਦੇ ਨੇ। ਤੁਸੀਂ ਆਲ ਇੰਡੀਆ ਕਿਤੋਂ ਵੀ ਤੁਸੀਂ ਇਹਦੇ ਲਈ ਅਪਲਾਈ ਕਰ ਸਕਦੇ ਹੋ। ਪੰਜਾਬ ਦੇ ਕੈਂਡੀਡੇਟ ਲਈ ਪੰਜਾਬ ਲੋਕੇਸ਼ਨ ਰਹੇਗੀ। ਆਨਲਾਈਨ ਤੁਸੀਂ ਇਹਦੇ ਲਈ ਅਪਲਾਈ ਕਰਨਾ ਹੈ ਜੀ। ਇਸ ਦੇ ਵਿੱਚ ਸਭ ਤੋਂ ਪਹਿਲਾਂ ਵੈਕੈਂਸੀਜ਼ ਦੀ ਗੱਲ ਕਰਾਂ ਤਾਂ ਦੋ ਤਰ੍ਹਾਂ ਦੀਆਂ ਵੈਕੈਂਸੀਜ਼ ਨੇ, ਜਿਹਦੇ ਵਿੱਚ ਕਾਂਸਟੇਬਲ ਅਤੇ ਸਬ ਇੰਸਪੈਕਟਰ ਦੀਆਂ ਵੈਕੈਂਸੀਜ਼ ਜਿਹੜੀਆਂ ਨੇ ਉਹ ਆਊਟ ਕੀਤੀਆਂ ਗਈਆਂ ਨੇ। ਜਿਹਦੇ ਵਿੱਚ 4,660 ਵੈਕੈਂਸੀਜ਼ ਦੇ ਲਈ ਇਹ ਨੋਟੀਫਿਕੇਸ਼ਨ ਜਿਹੜਾ ਹੈ ਜੀ ਤੁਹਾਡਾ ਰਹਿਣ ਵਾਲਾ ਹੈ। ਇਸ ਦੇ ਵਿੱਚ ਐਪਲੀਕੇਸ਼ਨ ਫੀ ਦੀ ਗੱਲ ਕਰਾਂ ਤਾਂ ₹500 ਜਨਰਲ, OBC ਅਤੇ EWS ਵਾਲੇ ਕੈਂਡੀਡੇਟ ਨੇ ਦੇਣੇ ਨੇ। SC ST PWD ਫੀਮੇਲ ESM ਦੇ ਲਈ ₹250 ਹੈ। ਅਤੇ ਤੁਸੀਂ ਸਿਰਫ ਔਰ ਸਿਰਫ ਆਨਲਾਈਨ ਹੀ ਇਹਦੇ ਲਈ ਐਪਲੀਕੇਸ਼ਨ ਫੀ ਜਿਹੜੀ ਹੈ ਜੀ ਉਹ ਪੇ ਕਰਨੀ ਹੈ, ਉਹ ਵੀ ਇਹਨਾਂ ਦੇ ਵੈੱਬ ਪੋਰਟਲ 'ਤੇ ਜਾ ਕੇ। ਇਸ ਦੇ ਵਿੱਚ ਤੁਹਾਡਾ ਸਿਲੈਕਸ਼ਨ ਪ੍ਰੋਸੈਸ ਦੀ ਗੱਲ ਕਰਾਂ ਤਾਂ ਇਸ ਦੇ ਵਿੱਚ ਤੁਹਾਡਾ ਸਭ ਤੋਂ ਪਹਿਲਾਂ CBT ਇਗਜ਼ਾਮ ਹੋਵੇਗਾ, ਦੈਨ ਤੁਹਾਡਾ ਫਿਜ਼ੀਕਲ ਮਈਅਰਮੈਂਟ ਟੈਸਟ ਹੋਏਗਾ, ਫਿਰ ਤੁਹਾਡਾ ਫਿਜ਼ੀਕਲ ਐਫੀਸ਼ੀਐਂਸੀ ਟੈਸਟ ਹੋਏਗਾ, ਡਾਕੂਮੈਂਟ ਵੈਰੀਫਿਕੇਸ਼ਨ ਹੋਏਗੀ, ਅਤੇ ਮੈਡੀਕਲ ਇਗਜ਼ਾਮ ਦੇ ਬੇਸਿਸ 'ਤੇ ਤੁਹਾਡੀ ਸਿਲੈਕਸ਼ਨ ਜਿਹੜੀ ਹੈ ਇਹਦੇ ਵਿੱਚ ਹੋਣੀ ਹੈ। ਜਿਹੜੇ ਕੈਂਡੀਡੇਟ ਪੰਜਾਬ ਪੁਲਿਸ ਦੇ ਲਈ ਅਪਲਾਈ ਕਰ ਰਹੇ ਨੇ ਜਾਂ ਆਰਮੀ ਦੇ ਲਈ ਅਪਲਾਈ ਕਰਦੇ ਨੇ, ਜ਼ਰੂਰ ਇਹਨਾਂ ਲਈ ਅਪਲਾਈ ਕਰੋ, ਠੀਕ ਹੈ ਜੀ। ਉਸ ਤੋਂ ਬਾਅਦ ਨੈਕਸਟ ਗੱਲ ਕਰੀਏ, ਇਸ ਦੇ ਵਿੱਚ ਤੁਹਾਡਾ ਜਿਹੜਾ ਐਗਜ਼ਾਮ ਹੋਣਾ ਹੈ ਜੀ ਉਹ ਰੈਥਮੈਟਿਕ ਦੇ ਲਈ 35 ਮਾਰਕਸ ਦਾ 35 ਕੁਸ਼ਨ, ਜਨਰਲ ਇੰਟੈਲੀਜੈਂਸ ਦੇ 35 ਕੁਸ਼ਨ 35 ਮਾਰਕਸ ਦੇ, ਜਨਰਲ ਅਵੇਅਰਨੈਸ ਦੇ 35 ਮਾਰਕਸ ਦੇ 50 ਮਾਰਕਸ ਦੇ 50 ਕੁਸ਼ਨ ਰਹਿਣਗੇ। ਟੋਟਲ 120 ਮਾਰਕਸ ਦਾ ਰਹੇਗਾ, ਜਿਹਦੇ ਵਿੱਚ 120 ਕੁਸ਼ਨ ਤੁਹਾਡੇ ਰਹਿਣ ਵਾਲੇ ਨੇ। ਈਚ ਕੁਸ਼ਨ 1 ਮਾਰਕਸ ਦਾ ਜਿਹੜਾ ਉਹ ਰਹੇਗਾ ਜੀ। 15,600 ਤੋਂ ਲੈ ਕੇ 39,100 ਤੁਹਾਡੀ ਸੈਲਰੀ ਰਹੇਗੀ। ਇਹ ਇੱਕ ਰੈਗੂਲਰ ਭਰਤੀ ਤੁਹਾਡੀ ਰਹਿਣ ਵਾਲੀ ਹੈ ਜੀ। ਏਜ ਲਿਮਿਟ ਦੀ ਗੱਲ ਕਰਾਂ 18 ਤੋਂ ਲੈ ਕੇ 25 ਸਾਲ ਤੱਕ ਦੇ ਕੈਂਡੀਡੇਟ ਐਲੀਜੀਬਲ ਨੇ, ਪਲੱਸ ਰਿਲੈਕਸੇਸ਼ਨ 3 ਸਾਲ ਤੋਂ ਲੈ ਕੇ ਤੁਹਾਡੀ ਇੱਥੇ ਜਿਹੜੀ ਹੈ ਜੀ ਉਹ 15 ਸਾਲ ਤੱਕ ਦੀ ਹੈਗੀ ਹੈ, ਜੋ ਕਿ ਅਲੱਗ ਅਲੱਗ ਕੈਟਾਗਰੀ ਵਾਈਜ਼ ਇੱਥੇ ਰਹੇਗੀ। ਆਨਲਾਈਨ 10th 12th ਗ੍ਰੈਜੂਏਸ਼ਨ ਵਾਲੇ ਕੈਂਡੀਡੇਟ ਐਲੀਜੀਬਲ ਨੇ, ਅਪਲਾਈ ਕਰ ਸਕਦੇ ਨੇ। ਇਸ ਦੇ ਵਿੱਚ ਕੀ ਡਾਕੂਮੈਂਟ ਤੁਹਾਡੇ ਚਾਹੀਦੇ ਹੋਣਗੇ ਉਹਦੀ ਮੈਂ ਲਿਸਟ ਜਿਹੜੀ ਇੱਥੇ ਆਲਰੇਡੀ ਦੱਸ ਦਿੱਤੀ ਹੈ ਤੁਹਾਨੂੰ। ਕਈ ਵਾਰੀ ਕੀ ਹੁੰਦਾ ਬੰਦਾ ਨੋਟੀਫਿਕੇਸ਼ਨ ਪੜ੍ਹਦਾ ਉੱਥੋਂ ਪਤਾ ਨਹੀਂ ਲੱਗਦਾ, ਤੇ ਜਿਹੜੇ ਮੇਨ ਚੀਜ਼ਾਂ ਨੇ ਉਹ ਮੈਂ ਤੁਹਾਨੂੰ ਇੱਥੇ ਦੇ ਦਿੱਤੀਆਂ ਨੇ, ਤੁਸੀਂ ਚੈੱਕ ਕਰ ਸਕਦੇ ਹੋ ਜੀ। ਜਿਹੜੇ ਡਾਕੂਮੈਂਟਸ ਨੇ ਤੁਹਾਡੇ ਜਿਹੜੇ ਲੈਂਗੁਏਜ ਹੋਣੇ ਚਾਹੀਦੇ ਉਹ ਲਿਖੇ ਹੋਏ ਨੇ, ਚੈੱਕ ਕਰਕੇ ਤੁਸੀਂ ਅਪਲੋਡ ਕਰਿਓ ਜੀ। ਇੱਥੇ ਤੁਹਾਨੂੰ ਲਿੰਕ ਮਿਲ ਜਾਂਦੇ ਨੇ ਅਪਲਾਈ ਕਰਨ ਦੇ ਲਈ, ਠੀਕ ਹੈ ਜੀ। ਦੋਨੋਂ ਨੋਟੀਫਿਕੇਸ਼ਨ ਅਲੱਗ ਅਲੱਗ ਨੇ ਤਾਂ ਤੁਹਾਨੂੰ ਦੋਨੋਂ ਅਲੱਗ ਅਲੱਗ ਨੋਟੀਫਿਕੇਸ਼ਨ ਮਿਲ ਜਾਣਗੇ ਅਪਲਾਈ ਕਰਨ ਦੇ ਲਈ। ਇੱਥੇ ਤੁਹਾਨੂੰ ਜਿਹੜੇ ਨੇ ਲਿੰਕ ਉਹ ਮਿਲ ਜਾਂਦੇ ਨੇ ਜੀ, ਚੈੱਕ ਕਰਕੇ ਜ਼ਰੂਰ ਤੋਂ ਅਪਲਾਈ ਕਰਿਓ। ਫਿਰ ਵੀ ਕਿਸੇ ਤਰ੍ਹਾਂ ਦਾ ਕੋਈ ਵੀ ਡਾਊਟ ਹੁੰਦਾ ਤਾਂ ਕਮੈਂਟ ਬਾਕਸ 'ਚ ਕਮੈਂਟ ਕਰਕੇ ਦੱਸ ਹੀ ਸਕਦੇ ਹੋ। ਇਹ ਅੱਜ ਦਾ ਨੋਟੀਫਿਕੇਸ਼ਨ ਹੈ ਜੀ, ਹੁਣ ਮੈਂ ਤੁਹਾਨੂੰ ਮਿਲਾਂਗਾ ਨਵੇਂ ਨੋਟੀਫਿਕੇਸ਼ਨ ਦੇ ਨਾਲ ਨਵੀਂ ਵੀਡੀਓ ਦੇ ਵਿੱਚ। ਤਦ ਤੱਕ ਦੇ ਲਈ ਧੰਨਵਾਦ ਜੀ।